ਕੈਲਗਰੀ ਤੋਂ ਆਏ ਸਿੱਧੂ ਦੇ ਫੈਨ ਫੁੱਟ ਫੁੱਟ ਰੋਏ ਅਤੇ ਸਿੱਧੂ ਨੂੰ ਕੀਤਾ ਯਾਦ। ਸਿੱਧੂ ਮੂਸੇਵਾਲਾ ਦੇ ਫੈਨਸ ਅਕਸਰ ਹੀ ਸਿੱਧੂ ਦੀ ਹਵੇਲੀ ਆਉਂਦੇ ਰਹਿੰਦੇ ਨੇ, ਪਰ ਇਹ ਦੋ ਫੈਨ ਸਿੱਧੂ ਦੇ ਕੈਨੇਡਾ ਤੋਂ ਆਏ ਨੇ, ਇੱਕ ਕੈਲਗਰੀ ਤੋਂ ਅਤੇ ਇੱਕ ਬ੍ਰੈਂਪਟਨ ਦਾ ਰਹਿਣ ਵਾਲਾ। ਇਹ ਨੌਜਵਾਨ ਜੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਇਹ ਬ੍ਰੈਂਪਟਨ ਦਾ ਰਹਿਣ ਵਾਲਾ ਉਹ ਨੌਜਵਾਨ ਹੈ ਜਿਸ ਦਾ ਜਨਮ ਚਾਹੇ ਬ੍ਰੈਂਪਟਨ ਦੇ ਵਿੱਚ ਹੋਇਆ, ਪਰ ਸਿੱਧੂ ਮੂਸੇਵਾਲੇ ਨੂੰ ਬਹੁਤ ਹੀ ਜ਼ਿਆਦਾ ਚਾਹੁੰਦਾ ਹੈ ਅਤੇ ਦਿਲੋਂ ਇਨਸਾਫ ਦੀ ਮੰਗ ਕਰ ਰਿਹਾ। ਇਹ ਨੌਜਵਾਨ ਸਿੱਧੂ ਦੀ ਹਵੇਲੀ ਪਹੁੰਚ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਅਤੇ ਪੂਰੇ ਪਰਿਵਾਰ ਨੂੰ ਕੈਨੇਡਾ ਤੋਂ ਸਪੈਸ਼ਲ ਮੂਸੇ ਲੈ ਕੇ ਆਇਆ। ਅਤੇ ਦੂਸਰੇ ਪਾਸੇ ਉਸ ਲੜਕੀ ਦੀ ਤਸਵੀਰ ਵੀ ਤੁਹਾਨੂੰ ਦਿਖਾਉਂਦੇ ਆ ਜੋ ਕੈਨੇਡਾ ਤੋਂ ਸਿੱਧੂ ਮੂਸੇਵਾਲਾ ਦੀ ਹਵੇਲੀ ਆਉਂਦੀ ਹੈ ਅਤੇ ਜਸਟਿਸ ਦੀ ਮੰਗ ਕਰਦੀ ਹੈ ਅਤੇ ਭਾਵੁਕ ਹੋ ਜਾਂਦੀ ਹੈ ਅਤੇ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ। ਇਹ ਲੜਕੀ ਅਤੇ ਮੂਸੇਵਾਲੇ ਦੇ ਬ੍ਰੈਂਪਟਨ ਤੋਂ ਆਏ ਫੈਨ ਨੇ ਕੀ ਕੁਝ ਕਿਹਾ, ਉਹ ਵੀ ਤੁਸੀਂ ਸੁਣੋ। ਹਾਈ, ਮਾਈ ਨੇਮ ਇਜ਼ ਜੀਡੀਪ ਕੈਂਗ ਐਂਡ ਮੈਂ ਆਇਆ ਬ੍ਰੈਂਪਟਨ ਤੋਂ, ਜਿੱਥੇ ਮੂਸੇਵਾਲੇ ਨੇ ਆਪਣਾ ਨਾਮ ਬਹੁਤ ਕਮਾਇਆ ਸੀ। ਐਂਡ ਬ੍ਰੈਂਪਟਨ ਵਿੱਚ ਅਸੀਂ ਰੈਲੀਆਂ ਵੀ ਲਾਉਣੇ ਹਾਂ ਐਂਡ ਮੈਂ ਸਪੋਰਟ ਕਰਦੇ ਮੂਸੇਵਾਲੇ ਨੂੰ ਐਂਡ ਜਸਟਿਸ ਮਿਲਣਾ ਚਾਹੀਦਾ ਉਹਨੂੰ, ਆਪਣੇ ਭਾਅ ਜੀ ਨੂੰ। ਹੀ ਹੈ ਮੇਰਾ ਬਿਗ ਨੇਮ ਫੋਰ ਅਸ ਆਲ ਓਵਰ ਦਾ ਵਰਲਡ ਐਂਡ ਕੈਨੇਡਾ, ਅਮੈਰੀਕਾ, ਯੂਕੇ, ਇੰਡੀਆ ਵਿੱਚ ਵੀ ਉਹਨਾਂ ਨੇ ਇੰਨਾ ਨਾਮ ਕੀਤਾ ਸਾਡੇ ਵਾਸਤੇ ਐਂਡ ਵੀ ਮਿਸ ਐਵਰੀ ਡੇ ਉਹਨੂੰ ਮਿਸ ਕਰਦੇ ਸਾਰੇ ਜਾਣੇ ਐਂਡ ਡੈਫੀਨੇਟਲੀ ਹੀ ਸ਼ੁਡ ਗੈਟ ਜਸਟਿਸ, ਦਿਸ ਇਜ਼ ਨਾਟ ਫੇਅਰ ਵਾਟ ਹੈਪਨ ਟੂ ਹਿਮ। You know, he was a great singer and like I said, Brampton bich assi bahut assi like unnu legend mande ha and Canada da apna naam roshan karda, even Canada da hip hop scene da, and we like I said, we really respect Mooseyala a lot and we hope you know, he gets his justice. Kadi live concert ch mile si dekhega? Yeah, we went to Ottawa da vich hoye si, utthe mil ke aaye si unnu, jo unne shuru kita si nama like karan da apna like career kiti si and odo bhi assi kya eh bacha for sure legend banuga, jidda bol chal si, jidda unne gaya si, I think 100% he's going to be a legend. Ottawa is the apni capital Canada de. Mai de vich ki matlab mahol si 29 mai da. Assi actually believe karu hai jinne apne bande si assi sare ne off kita si kam. Truck wale ne pucha ki hoya ki assi kya apne koi bhra mar gaya, apna koi cousin mar gaya. Pacho pata lagya apna ek same bhra si, oh Mooseyala si. And jinne truck si us din chalne si, jinne apne Punjabi log si, sare ne assi off kita us din. And chalo pura week da mahol inna ganda si utthe. Kya das vi nahi sakde si. ਥੋੜ੍ਹਾ ਸੈਡ ਵੀ ਫੀਲ ਕਰਦੇ, ਪ੍ਰਾਊਡ ਵੀ ਫੀਲ ਕਰਦੇ ਹਾਂ। ਇਹਨੂੰ ਪੰਜਾਬੀ ਬੰਦੇ ਨੇ ਇੰਨਾ ਇੱਕ ਤਰ੍ਹਾਂ ਦਾ ਉਹਨਾਂ ਨੇ ਪ੍ਰਾਊਡ ਕੀਤਾ ਫਿਰ ਉਹਨਾਂ ਪੰਜਾਬੀ ਕਲਚਰ ਨੂੰ, ਲੈਂਗੁਏਜ ਨੂੰ, ਰਾਈਟ? ਸੋ ਵੀ ਫੀਲ ਪ੍ਰਾਊਡ ਐਂਡ ਵੀ ਫੀਲ ਰੀਲੀ ਸੈਡ, ਬਟ ਫੋਰ ਐਵਰ ਮੂਸਾ ਆਪਣੇ ਦਿਲ ਵਿੱਚ ਰਹੂਗਾ, ਆਲਵੇਜ਼ ਫੋਰ ਐਵਰ। ਨਾਮ? ਜਸਕੀਰ। ਕਿੱਥੋਂ ਆਏ? ਕੈਲਗਰੀ, ਕੈਨੇਡਾ। ਕਿੱਦਾਂ ਲੱਗ ਰਿਹਾ ਆ ਕੇ? ਅਜੀਬ, ਥੋੜਾ ਜਿਹਾ ਓਵਰਵੈਲਮ। ਕਿਵੇਂ ਦੇਖਦੇ ਹੋ ਜਿਸ ਦਿਨ ਡੈਥ ਹੋਈ ਸੀ ਉਸ ਦਿਨ ਪਤਾ ਲੱਗਿਆ ਕਿੱਦਾਂ? ਪਹਿਲਾਂ ਤਾਂ ਲੱਗਿਆ ਸੀ ਜਿਵੇਂ ਉਹੀ ਸੀ, ਜਿਵੇਂ ਕੋਈ ਜੋਕ ਸੀ, ਫਿਰ ਬਾਅਦ ਚ ਪਤਾ ਲੱਗਿਆ ਫਿਰ ਉਹ ਜਿਵੇਂ ਅਜੀਬ ਜਿਹਾ ਲੱਗਿਆ ਵੀ ਉਹ ਕੀ ਹੋ ਗਿਆ। ਕੌਣ ਕੌਣ ਆਇਆ ਨਾਲ? ਸਪੈਸ਼ਲ ਆਈ ਹੋਈ? ਹਾਂਜੀ। ਸਿੱਧੂ ਤੁਸੀਂ ਕਦੋਂ ਤੋਂ ਫੋਲੋ ਕਰਦੇ? ਪਹਿਲਾਂ ਤਾਂ ਅਸੀਂ ਵਲੌਗ ਕਰਦਾ ਸੀ ਵੀ ਕੀ ਜਿਵੇਂ ਸਹੀ ਜਾਣੀ ਨਾਲ ਅਸੀਂ ਕੀ ਕਹਿੰਦਾ ਸੀ, ਫਿਰ ਜਦੋਂ ਡੈਥ ਹੋਈ ਫਿਰ ਹੋਰ ਤਾਂ ਕੋਈ ਚੱਲਦਾ ਹੀ ਨਹੀਂ ਸੀ, ਇਕੱਲਾ ਸਿੱਧੂ ਹੀ ਚੱਲਦਾ ਹੁਣ। ਕੀ ਕੁਆਲਿਟੀ ਕੀ ਵਧੀਆ ਲੱਗੀ ਫਿਰ ਜਦੋਂ ਸਮਝਿਆ ਗੱਲਾਂ? ਕੁਆਲਿਟੀ ਹੁਣ ਜਿਵੇਂ ਪਹਿਲਾਂ ਤਾਂ ਅਜੀਬ ਜਿਵੇਂ ਪਹਿਲਾਂ ਤਾਂ ਹੋਰ ਜ਼ਿਆਦਾ ਅਸੀਂ ਕਿਹੜਾ ਗੱਲਾਂ ਕਰਦਾ ਸੀ, ਹੁਣ ਜਿਵੇਂ ਜਦੋਂ ਗਾਣੇ ਸੁਣੇ ਫਿਰ ਸਮਝ ਆਏ ਫਿਰ ਤਾਂ ਜਿਵੇਂ ਠੀਕ ਲੱਗੇ।